ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਯੂਟਿਊਬ ਫਾਰਮਰ ਚੈਨਲ 'ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਸੋ ਕਿਸਾਨਾਂ ਦੇ ਲਈ ਮੌਸਮੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਮੌਸਮ ਕਿਵੇਂ ਰਹੇਗਾ ਪੰਜਾਬ ਦਾ ਅਗਲੇ 4-5 ਦਿਨਾਂ ਦੇ ਵਿੱਚ 26 ਤੋਂ 30 ਜੂਨ। ਕਿਸਾਨਾਂ ਲਈ ਕੀ ਮੌਸਮੀ ਹਾਲਚਾਲ ਨੂੰ ਦੇਖਦੇ ਹੋਏ ਸੁਝਾਅ ਹੈ ਅਤੇ ਬਾਕੀ ਗਰਮੀ ਤੋਂ ਰਾਹਤ ਕਦੋਂ ਹੈ, ਮੀਂਹ ਦਾ ਤਕੜਾ ਸਪੈਲ ਕਦੋਂ ਆ ਰਿਹਾ, ਸੋ ਸਾਰੀ ਅਪਡੇਟ ਸਾਂਝੀ ਕਰਾਂਗੇ। ਸੋ ਪਹਿਲਾਂ ਗੱਲ ਕਰੀਏ ਮੌਸਮ ਦੇ ਵਿੱਚ, ਪਿਛਲੇ ਲੰਬੇ ਸਮੇਂ ਤੋਂ ਮੌਸਮ ਖੁਸ਼ਕ ਚੱਲਦਾ ਆ ਰਿਹਾ, ਕੋਈ ਵੱਡਾ ਤਕੜਾ ਸਪੈਲ ਨਹੀਂ ਲੱਗਿਆ ਜਿਹਦੇ ਵਿੱਚ ਵੱਡਾ ਏਰੀਆ ਕਵਰ ਹੋ ਸਕੇ, ਹਾਲਾਂਕਿ ਛੋਟੇ ਮੋਟੇ ਮੀਂਹ ਦੇ ਸਪੈਲ ਜ਼ਰੂਰ ਲੱਗੇ ਨੇ। ਅਤੇ ਹੁਣ ਗੱਲ ਕਰੀਏ ਆਪਾਂ ਮੌਸਮ ਦੀ, ਉਸ ਤੋਂ ਪਹਿਲਾਂ ਕਿਸਾਨਾਂ ਲਈ ਸੁਝਾਅ ਹੈ ਕਿ ਜਿਹੜੇ ਕਿਸਾਨ ਮੱਕੀ ਮੂੰਗੀ ਦੀ ਕਟਾਈ ਕਰ ਰਹੇ ਨੇ ਤਾਂ ਉਹ ਕਿਸਾਨ ਜਿੰਨਾ ਹੋ ਸਕਦਾ ਕਿ ਕੰਮ ਦਾ ਨਿਬੇੜਾ ਕਰਨ, ਕਿਉਂਕਿ ਮੌਸਮ ਪੰਜਾਬ ਦਾ 27-28 ਜੂਨ ਤੋਂ ਬਦਲਣ ਜਾ ਰਿਹਾ। 26 ਅਤੇ 27 ਜੂਨ ਦੋ ਦਿਨਾਂ ਵਿੱਚ ਮੌਸਮ ਹਾਲਾਂਕਿ ਥੋੜ੍ਹਾ ਬਹੁਤ ਠੀਕ ਰਹੇਗਾ, ਬੱਦਲਬਾਈ ਬਣੇਗੀ, ਪੂਰਬੀ ਹਵਾ ਵਗੇਗੀ, ਥੋੜ੍ਹੀ ਜਿਹੀ ਰਫ਼ਤਾਰ ਵੀ ਫੜ ਸਕਦੀ ਹੈ ਹਵਾ, ਅਤੇ ਮੀਂਹ ਦੇ ਛੋਟੇ ਮੋਟੇ ਸ਼ਰਾਟੇ ਜ਼ਰੂਰ ਲੱਗ ਸਕਦੇ ਨੇ ਇਹਨਾਂ ਦਿਨਾਂ ਵਿੱਚ, ਪਰ ਹਜੇ ਵੱਡੇ ਤਕੜੇ ਮੀਂਹ ਦੀ ਸੰਭਾਵਨਾ ਘੱਟ ਹੈ। 27 ਜੂਨ ਦੀ ਰਾਤ ਤੋਂ ਜਾਂ ਸ਼ਾਮ ਤੋਂ ਲੈ ਕੇ 30 ਜੂਨ ਤੱਕ ਦਾ ਜੋ ਸਮਾਂ ਹੈ, ਸੋ ਇਸ ਦਰਮਿਆਨ ਪੰਜਾਬ ਦੇ ਮੌਸਮ ਵਿੱਚ ਵੱਡੀਆਂ ਮੌਸਮੀ ਹਲਚਲਾਂ ਦੇਖਣ ਨੂੰ ਮਿਲ ਸਕਦੀਆਂ ਨੇ, ਮੀਂਹ ਦੇ ਤਕੜੇ ਸਪੈਲ ਲੱਗ ਸਕਦੇ ਨੇ, ਕਿਉਂਕਿ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਇਹਨਾਂ 3 ਸੂਬੇ ਹੋ ਗਏ, ਪੱਛਮੀ ਯੂਪੀ ਹੋ ਗਏ, ਸੋ ਸਾਰੇ ਇਲਾਕਿਆਂ ਵਿੱਚ ਇੱਕੋ ਸਮਿਆਂ ਦੇ ਵਿੱਚ ਮੌਸਮ ਬਦਲਣ ਜਾ ਰਿਹਾ। ਸੋ ਜੇ ਪਹਿਲਾਂ ਅਜਿਹਾ ਸਿਸਟਮ ਆ ਜਿਹੜਾ 5-7 ਸੂਬਿਆਂ ਨੂੰ ਇਕੱਠਾ ਕਵਰ ਕਰ ਰਿਹਾ, ਸੋ ਜਿਹਦੇ ਚੱਲਦੇ ਹੁਣ ਮੌਸਮ ਦੇ ਵਿੱਚ ਵੱਡੀ ਰਾਹਤ ਆ ਗਰਮੀ ਤੋਂ ਮਿਲ ਜਾਵੇਗੀ, ਅਤੇ ਨਾਲ ਹੀ ਮੌਨਸੂਨ ਵੀ ਐਂਟਰ ਹੋਣ ਵਾਲੀ ਹੈ। 2-4 ਦਿਨਾਂ ਵਿੱਚ ਮੌਨਸੂਨ ਰਾਜਸਥਾਨ ਤੱਕ ਪਹੁੰਚ ਚੁੱਕੀ ਹੈ, ਰਾਜਸਥਾਨ ਦੇ ਕਈ ਹਿੱਸਿਆਂ ਨੂੰ ਕਵਰ ਕਰ ਲਿਆ, ਅਤੇ ਅਗਲੇ 3-4 ਦਿਨਾਂ ਵਿੱਚ ਪੰਜਾਬ ਤੱਕ ਮੌਨਸੂਨ ਪਹੁੰਚ ਜਾਵੇਗੀ, ਅਤੇ ਉਸ ਤੋਂ ਬਾਅਦ ਫਿਰ ਬਰਸਾਤਾਂ ਸ਼ੁਰੂ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਸੋ ਮੌਸਮ ਜਿਵੇਂ ਦੱਸਿਆ ਕਿ 26-27 ਨੂੰ ਕੁਝ ਹੱਦ ਤੱਕ ਠੀਕ ਰਹੇਗਾ, ਥੋੜ੍ਹੀ ਬਹੁਤ ਹਲਚਲ ਹੋ ਸਕਦੀ ਹੈ। 27-28 ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ, ਜੇਕਰ ਇਲਾਕਿਆਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ, ਮੋਹਾਲੀ, ਕੁਰਾਲੀ ਤੋਂ ਲੈ ਕੇ ਨਵਾਂ ਸ਼ਹਿਰ ਹੋ ਗਿਆ ਬਣੇ, ਅੰਮ੍ਰਿਤਸਰ, ਤਰਨ ਤਾਰਨ ਸਾਹਿਬ ਦੇ ਇਲਾਕੇ, ਇੱਕ ਦੋ ਬਾਕੀ ਜਲੰਧਰ, ਕਪੂਰਥਲਾ ਹੋ ਗਿਆ, ਪਠਾਨਕੋਟ, ਗੁਰਦਾਸਪੁਰ, ਇਹ ਜਿਹੜੇ ਇਲਾਕੇ ਨੇ ਇਹਨਾਂ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਜ਼ਿਆਦਾ ਬਣੀ ਹੋਈ ਹੈ। ਉਸ ਤੋਂ ਬਿਨਾਂ ਬਾਕੀ ਸਾਰਾ ਹੀ ਪੰਜਾਬ ਦਾ ਜੋ ਹਿੱਸਾ ਬਚਿਆ ਹੈ ਉਸ ਭਾਗਾਂ ਦੇ ਵਿੱਚ। ਸੋ ਸੰਖੇਪ ਦੇ ਵਿੱਚ ਇਹੀ ਕਹਾਂਗੇ ਕਿ ਮੌਸਮ ਪੰਜਾਬ ਦਾ 27-28 ਜੂਨ ਤੋਂ ਮੀਂਹ ਦੀਆਂ ਗਤੀਵਿਧੀਆਂ ਲੈ ਕੇ ਆ ਰਿਹਾ ਹੈ, ਅਤੇ ਪੰਜਾਬ ਦੇ ਮੌਸਮ ਵਿੱਚ ਵੱਡੀ ਹਲਚਲ ਹੋਣ ਦੀ ਸੰਭਾਵਨਾ ਹੈ, ਵੱਡੇ ਤਕੜੇ ਮੀਂਹ ਦੇ ਸਪੈਲ ਲੱਗ ਸਕਦੇ ਨੇ, ਹਾਲਾਂਕਿ ਬਹੁਤ ਜ਼ਿਆਦਾ ਕੋਈ ਭਾਰੀ ਮੀਂਹ ਦੇ ਅਸਾਰ ਨਹੀਂ ਹੋਣਗੇ, ਫਿਰ ਵੀ ਯਾਨੀ ਦਰਮਿਆਨੇ ਤੋਂ ਚੰਗੇ ਮੀਂਹ ਦੇ ਸਪੈਲ ਨੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਵਿੱਚ ਲੱਗ ਸਕਦੇ ਨੇ। ਬਾਕੀ ਜੁਲਾਈ ਦੇ ਵਿੱਚ ਤਾਂ ਮੌਨਸੂਨੀ ਬਰਸਾਤਾਂ ਸ਼ੁਰੂ ਹੋ ਜਾਣਗੀਆਂ, ਬਾਕੀ ਅਗਲੀ ਮੌਸਮੀ ਅਪਡੇਟ ਫਿਰ ਸਮੇਂ ਸਮੇਂ ਦੇ ਤੁਹਾਡੇ ਲਈ ਲੈ ਕੇ ਸਮੇਂ 'ਤੇ ਆਉਂਦੇ ਰਹਾਂਗੇ। ਸੋ ਲਗਾਤਾਰ ਖੇਤੀਬਾੜੀ, ਕਿਸਾਨੀ ਅਤੇ ਮੌਸਮ ਦੀ ਅਪਡੇਟ ਪ੍ਰਾਪਤ ਕਰਦੇ ਰਹਿਣ ਲਈ ਯੂਟਿਊਬ ਫਾਰਮਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਇਜਾਜ਼ਤ ਦਿਓ ਹੁਣ, ਧੰਨਵਾਦ ਜੀ।